ਆਸ਼ਾ ਵਰਕਰ ਯੂਨੀਅਨ ਵੱਲੋਂ ਅੱਜ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸ਼ਾਂਤਮਈ ਰੋਸ ਧਰਨਾ ਦਿੰਦੇ ਹੋਏ ਲਗਾਤਾਰ 5ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰੱਖੀ ਗਈ ਅਤੇ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਨਦੀਪ ਕੌਰ ਪੰਜੋਲਾ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਸੰਬੰਧੀ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਰਕੇ ਆਸ਼ਾ ਵਰਕਰ ਪਿਛਲੇ 5 ਦਿਨਾਂ ਤੋਂ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਭੁੱਖ ਹੜਤਾਲ 'ਤੇ ਬੈਠੀ ਹੋਈ ਹੈ। ਇਹ ਭੁੱਖ ਹੜਤਾਲ ਲਗਾਤਾਰ 1 ਮਹੀਨਾ ਚੱਲੇਗੀ। ਥਾਲੀਆਂ ਖੜਕਾਈਆਂ ਜਾ ਰਹੀ ਸਰ, ਸਾਨੂੰ ਅੱਜ 5ਵਾਂ ਦਿਨ ਹੋ ਗਿਆ ਜਿਹੜੀ ਸਾਡੀ ਭੁੱਖ ਹੜਤਾਲ ਨੂੰ ਲਗਾਤਾਰ ਚੱਲਦੀ ਨੂੰ, ਪਰੰਤੂ ਸਰਕਾਰ ਨੇ ਜਿਹੜੀ ਸਾਡੀ ਨਾ ਸਰਕਾਰ ਦੇ ਕਿਸੇ ਜ਼ਿੰਮੇਵਾਰ ਬੰਦਿਆਂ ਨੇ ਸਾਡੀ ਜਿਹੜੀ ਸਾਰਨੀ ਲਈ ਸਾਡੀਆਂ ਵਰਕਰਾਂ ਦੀ, ਸਾਨੂੰ ਬੜਾ ਰੋਸ ਹੈ ਇਸ ਗੱਲ ਕਰਕੇ ਅਸੀਂ ਜਿਹੜੇ ਖਾਲੀ ਭਾਂਡੇ ਨੇ ਉਹ ਖੜਕਾਏ ਨੇ ਤਾਂ ਕਿ ਜਿਹੜਾ ਸਰਕਾਰ ਦੀਆਂ ਜਿਹੜੇ ਬੰਦ ਕੰਨ ਨੇ ਅਤੇ ਜਿਹੜੀਆਂ ਬੰਦ ਅੱਖਾਂ ਨੇ ਉਹ ਖੁੱਲ੍ਹ ਸਕਣ। 5 ਦਿਨ ਹੋ ਗਏ, ਤੁਹਾਨੂੰ ਕੋਈ ਖੁਸ਼ਕਤ ਜਾਗ ਨਹੀਂ? ਜੇ ਹਜੇ ਵੀ ਕੋਈ ਜਾਗਦਾ ਫਿਰ ਕੀ ਕਰੋਗੇ ਹੋਰ? ਅਤੇ ਜੇਕਰ ਸਾਡੀ ਹਜੇ ਵੀ ਕੋਈ ਸੁਣਵਾਈ ਨਾ ਹੋਈ ਤਾਂ ਜਿਹੜਾ ਅਗਲਾ ਸੰਘਰਸ਼ ਹੈ ਉਸ ਨੂੰ ਤਿੱਖਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਨੇ ਸਾਡੀਆਂ ਸੰਘਰਸ਼ ਦੀ ਰੂਪਰੇਖਾ ਉਹ ਬਦਲੀ ਜਾਊਗੀ ਤਾਂ ਕਿ ਜਿਹੜੀ ਸਾਡੀ ਆਸ਼ਾ ਵਰਕਰਾਂ ਦੀ ਸੁਣਵਾਈ ਹੋ ਸਕੇ, ਕਿਉਂਕਿ ਕਰੋਨਾ ਦੇ ਜਿਹੜੇ ਯੋਧੇ ਨੇ ਉਹ ਸਿਰਫ ਅਤੇ ਸਿਰਫ ਸਾਡੀਆਂ ਆਸ਼ਾ ਵਰਕਰਸ ਨੇ। ਕੱਲ੍ਹ ਪਟਿਆਲੇ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਸਾਡੀ ਇੱਕ ਵਰਕਰ ਹੈ ਜਿਹੜੀ ਉਹ ਬੇਹੋਸ਼ ਹੋਈ ਹੈ, ਜਿਸ ਕਰਕੇ ਅੱਜ ਜਿਹੜੀਆਂ ਸਾਰੀਆਂ ਪੰਜਾਬ ਦੀਆਂ ਕੋਨੇ ਕੋਨੇ ਬੈਠੀਆਂ ਸਾਡੀਆਂ ਆਸ਼ਾ ਵਰਕਰ ਨੇ, ਬੜਾ ਭਾਰੀ ਉਹਨਾਂ ਦੇ ਵਿੱਚ ਰੋਸ ਹੈ ਜਿਹੜਾ ਉਹ ਦਿਨ ਪ੍ਰਤੀ ਦਿਨ ਸਰਕਾਰ ਦੇ ਖਿਲਾਫ ਜਿਹੜਾ ਵੱਧ ਰਿਹਾ ਹੈ।